ਵਾਰ ਮੈਲਕਮ ਹੋਰ ਵੈਲਕਮ ਬੈਕ ਟੂ ਮੇ ਚੈਨਲ ਬੀਏ ਸੈਮੈਸਟਰ 4 ਪੰਜਾਬੀ ਰਾਜਮੀ ਦੇ ਵਿੱਚ ਆਪਾਂ ਸੰਬੰਧਕ ਅਤੇ ਯੋਜਕ ਕਰਾਂਗੇ ਬਹੁਤ ਇੰਟਰਸਟਿੰਗ ਇੰਪੋਰਟੈਂਟ ਫਰੂਟਫੁੱਲ ਵੀਡੀਓ ਹੋਣ ਵਾਲੀ ਹੈ ਸੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਨਾਲ ਹੀ ਜਿਹੜਾ ਹੈ ਅ ਪਿਛਲੇ ਕਨਸੈਪਟ ਕਾਵ ਲੈਰਾਂ ਦੇ ਕਾਫੀ ਸਾਰੇ ਮੈਂ ਕਵਰ ਕਰਵਾ ਚੁੱਕੀ ਹਾਂ ਇੰਪੋਰਟੈਂਟ ਕੁਐਸਚਨ ਵੀ ਮੈਂ ਦੱਸ ਚੁੱਕੀ ਹਾਂ ਕਿ ਕਿਹੜੇ ਪੇਪਰ ਚਾਣੇ ਹਨ ਪ੍ਰੀਵੀਅਸ ਈਅਰ ਦਾ ਕੁਐਸਚਨ ਪੇਪਰ ਵੀ ਮੈਂ ਸ਼ੇਅਰ ਕਰ ਦਿੱਤਾ ਹੈ ਟੈਲੀਗ੍ਰਾਮ ਨੂੰ ਫੋਲੋ ਕਰ ਲਿਓ ਉੱਥੇ ਕਾਫੀ ਸਾਰਾ ਕੰਟੈਂਟ ਮੈਂ ਪਾਇਆ ਹੋਇਆ ਹੈ ਸੋ ਸੰਬੰਧਕ ਅਤੇ ਯੋਜਕੀ ਨੇ ਤੇ ਕਿੱਦਾਂ ਆ ਆਪਸ 'ਚ ਅਲੱਗ ਨੇ ਸੰਬੰਧਕ ਯਾਨੀ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇੱਕ ਦੂਜੇ ਨਾਲ ਅਤੇ ਹੋਰ ਨਾਂ ਦੇ ਨਾਲ ਜਿਹੜਾ ਸੰਬੰਧ ਹੁੰਦਾ ਉਸ ਨੂੰ ਆਪਾਂ ਸੰਬੰਧਕ ਕਹਿੰਦੇ ਹਾਂ ਉਹ ਸ਼ਬਦ ਜੋ ਵਾਕਾਂ ਦੇ ਪੜਨਾਵਾ ਨਾਵਾਂ ਅਤੇ ਹੋਰਨਾਂ ਸ਼ਬਦਾਂ ਦੇ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਅਸੀਂ ਸੰਬੰਧਕ ਕਹਿੰਦੇ ਆ ਜਿਵੇਂ ਕਿ ਇਹ ਕੁਲਜੀਤ ਦੀ ਕਾਪੀ ਹੈ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਸੰਬੰਧਕ ਦਾ ਪਤਾ ਲੱਗਦਾ ਕਿ ਇਹ ਦੀ ਕੁਲਜੀਤ ਦੀ ਤਾਂ ਇਟ ਮੀਨਸ ਦੀ ਜਿਹੜਾ ਹੈ ਸੰਬੰਧਕ ਹੈ ਸੁਰਜੀਤ ਨੇ ਕਰਮ ਨੂੰ ਚਪੜਾ ਨਾਲ ਮਾਰਿਆ ਤਾਂ ਨੂੰ ਜਿਹੜਾ ਹੈ ਅਤੇ ਨਾਲ ਜਿਹੜਾ ਹੈ ਇਹ ਕੀ ਹੈਗਾ ਸੰਬੰਧਕ ਤਾਂ ਦੀ ਤੋਂ ਦਾ ਬਣ ਜਾਂਦਾ ਦੀਆਂ ਬਣ ਜਾਂਦਾ ਤੇ ਇਹ ਸਾਰੇ ਸੰਬੰਧਕ ਹੁੰਦੇ ਆ ਨੇ ਨੂੰ ਠੀਕ ਹੈ ਇਦਾਂ ਤੇ ਇਹ ਸਾਰੇ ਸੰਬੰਧਕ ਬਣ ਜਾਂਦੇ ਆ ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਨੇ ਪੂਰਨ ਅਪੂਰਨ ਅਤੇ ਦੁਬਾਜਰਾ ਦੁਬਾਜਰਾ ਵਾਲਾ ਸੰਬੰਧਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੂਰਨ ਸੰਬੰਧਕ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਆਪਣੇ ਆਪ ਦੇ ਵਿੱਚ ਹੋਲ ਹੋਵੇ ਪੂਰਾ ਕੰਪਲੀਟ ਜਿਹੜੇ ਸੰਬੰਧਕ ਇਕੱਲੇ ਹੀ ਵਾਕਾ ਵਿੱਚ ਸ਼ਬਦਾਂ ਦਾ ਆਪਸੀ ਸੰਬੰਧ ਜੋੜਨ ਉਹਨਾਂ ਦੇ ਨਾਲ ਕੋਈ ਹੋਰ ਸ਼ਬਦ ਲੱਗ ਨਾ ਸਕੇ ਤਾਂ ਉਸ ਨੂੰ ਅਸੀਂ ਪੂਰਨ ਸੰਬੰਧਕ ਕਹਿੰਦੇ ਹਾਂ ਜਿਵੇਂ ਦਾ ਦੇ ਦੀ ਇਹ ਬਲਜੀਤ ਦਾ ਚਾਕੂ ਹੈ ਮੈਂ ਦਲਜੀਤ ਤੋਂ ਮੰਨ ਲਿਆ ਹੁਣ ਦੇਖੋ ਇਹਦੇ ਵਿੱਚ ਦਾ ਜਿਹੜਾ ਆਪਾਂ ਨੇ ਦਾ ਯੂਜ਼ ਕੀਤਾ ਹੈ ਇਹ ਪੂਰਨ ਸੰਬੰਧਕ ਹੈ ਤੋਂ ਪੂਰਨ ਸੰਬੰਧਕ ਹੈ ਤਾਂ ਇਸੇ ਪ੍ਰਕਾਰ ਨੇ ਨੂੰ ਤੀਕ ਤੇਜੀ ਤੋਂ ਤਾਂ ਇਹ ਸਾਰੇ ਪੂਰਨ ਸੰਬੰਧਕ ਨੇ ਪਰ ਅਗਰ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਲਿੰਗ ਤੇ ਵਚਨ ਅਸੀਂ ਬਦਲ ਸਕਦੇ ਜਿਵੇਂ ਦਾ ਤੋਂ ਦੀ ਹੋ ਗਿਆ ਦੀਆਂ ਹੋ ਗਿਆ ਦਿਆਂ ਹੋ ਗਿਆ ਦੀਏ ਹੋ ਗਿਆ ਠੀਕ ਹੈ ਤਾਂ ਐਦਾਂ ਜਿਹੜਾ ਹੈ ਇਹ ਕਿਨੇ ਸੰਬੰਧਕੀ ਕਾਰਕ ਰੂਪ ਹੁੰਦੇ ਨੇ ਤਾ ਪੂਰਨ ਦਾ ਮਤਲਬ ਕੀ ਹੈ ਜਿਹੜਾ ਆਪਸ ਵਿੱਚ ਕੰਪਲੀਟ ਹੁੰਦਾ ਹੈ ਹਾਂ ਇਸ ਤੋਂ ਜਿਹੜਾ ਹੈ ਆਪਾਂ ਦਾ ਦੇ ਦੀਆਂ ਵਗੈਰਾ ਬਣਾ ਸਕਦੇ ਹਾਂ ਅਪੂਰਨ ਸੰਬੰਧਕ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਅਪੂਰਨ ਹੈ ਪੂਰਾ ਨਹੀਂ ਹੈ ਜਿਹੜੇ ਸ਼ਬਦ ਇਕੱਲੇ ਦੋ ਸ਼ਬਦਾਂ ਦਾ ਆਪਸੀ ਸੰਬੰਧ ਨਾ ਜੋੜ ਸਕਣ ਪੂਰਨ ਸੰਬੰਧਕ ਦੇ ਨਾਲ ਰਲ ਕੇ ਸੰਬੰਧਕ ਬਣਾਉਣ ਉਸ ਦੇ ਨਾਲ ਮਿਲ ਕੇ ਠੀਕ ਹੈ ਪੂਰਨ ਦੇ ਨਾਲ ਜੁੜ ਕੇ ਸੰਬੰਧਕ ਬਣਾਉਂਦੇ ਨੇ ਇਹਨੂੰ ਅਪੂਰਨ ਸੰਬੰਧਕ ਕਹਿੰਦੇ ਨੇ ਜਿਵੇਂ ਮੇਰਾ ਸਕੂਲ ਤੇਰੇ ਘਰ ਤੋਂ ਪਰੇ ਹੈ ਠੀਕ ਹੈ ਪਰੇ ਪੂਰੇ ਜਿਹੜਾ ਹੈ ਪੂਰ ਪੂਲਨ ਸੰਬੰਧਕ ਹੈ ਮੇਰਾ ਘਰ ਸੁਨਿੰਦਰ ਦੇ ਘਰ ਤੋਂ ਦੂਰ ਹੈ ਇਹ ਜਿਹੜਾ ਹੈ ਪੂਰਨ ਸੰਬੰਧਕ ਹੈ ਲੇਕਿਨ ਅਗਰ ਆਪਾਂ ਗੱਲ ਕਰੀਏ ਲੱਗੇ ਬਾਹਰ ਸਾਹਮਣੇ ਇਹ ਜਿਹੜੇ ਨੇ ਅਪੂਰਨ ਸੰਬੰਧਕ ਨੇ ਦੂ ਬਾਜਰੇ ਸਬੰਧਕ ਕਿਹੜੇ ਹੁੰਦੇ ਨੇ ਜਿਹੜਾ ਕਿ ਐਗਜ਼ਾਮ ਪਰਸਪੈਕਟਿਵ ਤੋਂ ਸ਼ਾਰਟ ਕੁਐਸਚਨ ਆ ਸਕਦਾ ਹੈ ਜਿਹੜੇ ਸਬੰਧਕ ਕਦੇ ਪੂਰਨ ਸਬੰਧਕ ਹੋ ਜਾਣ ਕਦੇ ਅਪੂਰਨ ਹੋ ਜਾਣ ਉਹਨਾਂ ਨੂੰ ਦੂ ਬਾਜਰੇ ਕਹਿੰਦਾ ਵੀ ਦੋਨੋਂ ਦੀਆਂ ਕੁਆਲਿਟੀਆਂ ਪੂਰਨ ਅਪੂਰਨ ਦੀਆਂ ਕੁਆਲਿਟੀਆਂ ਦੋਨੋਂ ਇਹਦੇ ਵਿੱਚ ਪਾਈਆਂ ਜਾਂਦੀਆਂ ਜਿਵੇਂ ਕਿ ਮੈਂ ਇਹ ਸਾਰਾ ਕੰਮ ਮੂਜ਼ੇ ਲਈ ਕੀਤਾ ਇਸ ਤਰ੍ਹਾਂ ਕੋਲ ਰਾਹੀਂ ਅਨੁਸਾਰ ਬਿਨਾ ਵਰਗਾ ਇਹ ਸਾਰੇ ਕੀਨੇ ਦੂ ਬਾਜਰੇ ਸਬੰਧਕ ਨੇ ਕਿ ਕੋਲ ਰਾਹੀਂ ਅਨੁਸਾਰ ਤਾਂ ਇਹ ਤੁਹਾਨੂੰ ਪੁੱਛ ਸਕਦੇ ਨੇ ਕਿ ਦੂ ਬਾਜਰਾ ਸਬੰਧਕ ਦੀਆਂ ਜੜੀਆਂ ਨੇ ਆਪਾਂ ਨੂੰ ਵਰਡਸ ਦੋ ਠੀਕ ਹੈ ਇਹਨਾਂ ਦੇ ਸ਼ਬਦ ਦੱਸੋ ਤਾਂ ਆਪਾਂ ਜਿਹੜਾ ਕੋਲ ਰਾਹੀਂ ਅਨੁਸਾਰ ਬਿਨਾ ਵਰਗਾ ਲਿਖ ਸਕਦੇ ਹਾਂ ਸਬੰਧਕ ਜਿਹੜਾ ਜਿਸ ਸ਼ਬਦ ਦਾ ਸਬੰਧ ਜਿਹੜਾ ਹੈ ਦੂਜੇ ਸਬੰਧ ਨਾਲ ਜੋੜਦੇ ਨੇ ਅਤੇ ਉਸ ਨੂੰ ਸੰਬੰਧੀ ਅਤੇ ਜਿਸ ਸ਼ਬਦ ਨਾਲ ਸਬੰਧ ਜੋੜਿਆ ਜਾਵੇ ਉਸ ਨੂੰ ਸੰਬੰਧ ਮਾਨ ਕਿਹਾ ਜਾਂਦਾ ਹੈ ਇਹ ਗੀਤਾ ਦੀ ਚੁੰਨੀ ਹੈ ਇਸ ਦੇ ਵਿੱਚ ਸਬੰਧ ਕੀ ਹੈਗਾ ਕਿ ਗੀਤਾ ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਤਾਂ ਖੇਤਾਂ ਕੀ ਹੈ ਸੰਬੰਧੀ ਚੁੰਨੀ ਜਿਹੜਾ ਹੈ ਉਹ ਕੀ ਹੈ ਸੰਬੰਧਮਾਨ ਪਾਣੀ ਜਿਹੜਾ ਹੈ ਸੰਬੰਧਮਾਨ ਹੈ ਉਸ ਤੋਂ ਬਾਅਦ ਆਪਾਂ ਕਰਾਂਗੇ ਯੋਜਕ ਯੋਜਕ ਕਿਸ ਨੂੰ ਕਹਿੰਦੇ ਨੇ ਅਤੇ ਇਸ ਦੀਆਂ ਕਿਸਮਾਂ ਕੀ ਨੇ ਜਿਹੜੇ ਦੋ ਸ਼ਬਦ ਦੋ ਵਾਕਾਂਸ਼ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਦੇ ਨੇ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਜਿਵੇਂ ਪੈਣ ਤੇ ਭਰਾ ਜਾ ਰਹੇ ਨੇ ਉੱਪਰ ਉਹ ਕੋਠੇ ਉੱਪਰ ਨਾਲ ਵੇੜੇ ਦੇ ਵਿੱਚ ਖੇਡਦੇ ਨੇ ਹਰਜੀਤ ਨੇ ਆਖਿਆ ਕਿ ਮੈਚ ਬਰਾਬਰ ਆ ਤਾਂ ਹੁਣ ਜੇ ਆਪਾਂ ਗੱਲ ਕਰੀਏ ਕਿ ਠੀਕ ਹੈ ਕਿ ਮੈਂ ਅਜ ਬਰਾਬਰਾਂ ਤਾਂ ਕਿ ਜਿਹੜਾ ਹੈ ਯੋਜਕ ਹੈ ਇਸ ਤੋਂ ਬਾਅਦ ਚ ਨਾਲੇ ਯੋਜਕ ਹੈ ਤਾਂ ਤੇ ਜਿਹੜਾ ਹੈ ਭੈਣ ਤੇ ਭਰਾ ਤੇ ਜਿਹੜਾ ਹੈ ਯੋਜਕ ਹੈ ਤਾਂ ਯੋਜਕ ਜਿਹੜਾ ਹੈ ਯੋਜਕ ਦੀ ਕਿਸਮਾਂ ਸਮਾਨ ਯੋਜਕ ਇਹਦੀਆਂ ਜਿਹੜੀਆਂ ਨੇ ਦੋ ਕਿਸਮਾਂ ਨੇ ਸਮਾਨ ਯੋਜਕ ਸਮਾਨ ਯੋਜਕ ਦਾ ਮਤਲਬ ਹੈ ਜਿਹੜੇ ਯੋਜਕਾਂ ਦੇ ਸੁਤੰਤਰ ਅਤੇ ਸਮਾਨ ਬਰਾਬਰ ਵਾਕਾਂ ਨੂੰ ਜੋੜ ਕੇ ਸਯੁਕਤ ਵਾਕ ਬਣ ਜਾਂਦੇ ਨੇ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਉਹ ਨਾ ਕੇਵਲ ਗਰੀਬ ਐ ਸਗੋਂ ਕਮੀਨਾ ਵੀ ਐ ਮਤਲਬ ਬੈਲੈਂਸ ਦੇ ਵਿੱਚ ਸਮਾਨ ਇਕੁਅਲ ਦੋਨੋਂ ਸੈਂਟੈਂਸ ਇਕੁਅਲ ਹੁੰਦੀਆਂ ਉਹ ਕਮਜ਼ੋਰ ਹੈ ਪਰੰਤੂ ਡਰਪੋਖਨੀ ਉਹ ਪਰਦਾ ਤੇ ਹੈ ਪਰ ਲਿਖਦਾ ਨਹੀਂ ਸੋ ਇਹ ਚੀਜ਼ ਉਸ ਤੋਂ ਬਾਅਦ ਚ ਹੈ ਅਧਿਨਯੋਜਕ ਜਿਹੜੇ ਕੀ ਅਧীন ਹੁੰਦੇ ਨੇ ਉਪਵਾਖ ਅਤੇ ਅਧਿਨਉਪਵਾਕਾਂ ਨੂੰ ਜੋੜ ਕੇ ਜਿਹੜੇ ਨੇ ਸ਼ਬਦ ਅਧਿਨਯੋਜਕ ਹੁੰਦੇ ਨੇ ਜਿਵੇਂ ਮੈਂ ਜਾਣਦਾ ਕਿ ਤੂੰ ਕਿੰਨਾ ਕ ਇਮਾਨਦਾਰ ਹੈ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਦੇ ਹੈ ਜਿਵੇਂ ਮੈਂ ਉਹਨਾਂ ਦੇ ਘਰ ਦਾ ਮੈਂਬਰ ਨਹੀਂ ਹੁੰਦਾ ਭਾਵੇਂ ਉਹ ਗਰੀਬ ਹੈ ਪਰ ਕਮੀਨਾ ਨਹੀਂ ਤਾਂ ਮਤਲਬ ਜਿਹੜਾ ਹੈ ਕਈ ਵਾਰ ਦੋ ਵੀ ਯੂਜ਼ ਹੋ ਜਾਂਦੇ ਨੇ ਅਧਿਨਯੋਜਕ ਦੇ ਵਿੱਚ ਸ아요ਜਕ ਦੀਆਂ ਅੱਗੇ ਹੋਰ ਤਿੰਨ ਕਿਸਮਾਂ ਰੂਪਵੰਤਰ ਦੇ ਅਕੋਰਡਿੰਗ ਹੁੰਦੀਆਂ ਨੇ ਇਹ ਕੈਰੀ ਸੰਯੁਕਤ ਯੋਜਕ ਅਤੇ ਟੁੱਟਵੇਂ ਯਾਨੀ ਕਿ ਸਹਿ ਸੰਬੰਧਕ ਯੋਜਕ ਇਹ ਕੈਰੀ ਕਿਹੜੇ ਯੋਜਕ ਹੁੰਦੇ ਨੇ ਜਿਵੇਂ ਤੇ ਅਤੇ ਪਰ ਕੇ ਜਾਂ ਜਿਵੇਂ ਸੰਯੁਕਤ ਕਿਹੜੇ ਹੁੰਦੇ ਨੇ ਤਾਂ ਕਿ ਜਾਂ ਕਿ ਕਿਉਂਕਿ ਐਸ ਕਰਕੇ ਇਹ ਹੁੰਦੇ ਨੇ ਸੰਯੁਕਤ ਟੁੱਟਵੇਂ ਸਹਿ ਸੰਬੰਧਕੀ ਕਿਹੜੇ ਹੁੰਦੇ ਨੇ ਜੋ ਟੁੱਟਵੇਂ ਵਰਤੇ ਜਾਂਦੇ ਨੇ ਭਾਵੇਂ ਉਹ ਗਰੀਬ ਹੈ ਪਰ ਫਿਰ ਵੀ ਇਮਾਨਦਾਰ ਹੈ ਤਾਂ ਉਹ ਕੀ ਹੁੰਦੇ ਨੇ ਟੁੱਟਵੇਂ ਜਾਂ ਫਿਰ ਸਹਿ ਸੰਬੰਧਕੀ ਠੀਕ ਹੈ ਸੋ ਏਸੀ ਅੱਜ ਦਾ ਇੰਪੋਰਟੈਂਟ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ